ਦੋਸਤੋ ਕਿੱਲ ਨੀਲੀ ਰਾਵੀ ਡੇਅਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਅੱਜ ਦੀ ਵੀਡੀਓ ਵਿੱਚ ਤੁਹਾਨੂੰ ਨੀਲੀ ਰਾਵੀ ਦੀਆਂ ਝੋਟੀਆਂ ਵਿਖਾਉਣੇ ਆ ਜਿਹੜੀਆਂ ਬਹੁਤ ਚੰਗੀ ਵਧੀਆ ਬਲੱਡ ਲੈਂਦੀਆਂ ਵਾ, ਅਤੇ ਜਿਹੜੇ ਦੂਸਰੇ ਜਿਹੜੇ ਵੱਡੇ ਜਾਨਵਰ ਆ ਉਹ ਪਾਸੇ ਗਏ ਹੋਏ ਆ, ਅਤੇ ਬਾਈ ਦੇ ਕੋਲ ਬਹੁਤ ਚੰਗਾ ਮਾਲ ਆ, ਵਧੀਆ ਸਾਫ਼ ਸੁਥਰੇ ਬੱਚੇ ਆ। ਇਹ ਮੇਰੇ ਲੱਗਦਾ ਕੋਈ ਪੁਰਾਣਾ ਮਾਲੀ ਆ ਇਹਨਾਂ ਦਾ, ਉਹਦੇ ਬੱਚੇ ਆ, ਅਤੇ ਇਸ ਬਾਰੇ ਤੁਹਾਨੂੰ ਥੋੜ੍ਹੀ ਬਹੁਤੀ ਜਾਣਕਾਰੀ ਵੀ ਲੈ ਕੇ ਦਿੰਦੇ ਹਾਂ, ਅਤੇ ਜਾਣਕਾਰੀ ਤੁਹਾਨੂੰ ਇੱਕ ਭਰਾ ਤੋਂ ਲੈ ਕੇ ਦਿੰਦੇ ਹਾਂ। ਉਹਦਾ ਕਾਰਨ ਇਹ ਆ ਵੀ ਜਿਹੜੀਆਂ ਝੋਟੀਆਂ ਅੱਜ ਤੋਂ ਕੁਛ ਟਾਈਮ ਪਹਿਲਾਂ ਬਾਈ ਹੁਣਾਂ ਦਾ ਜਿਹੜਾ ਦਾਦਾ ਸੀਗਾ ਉਹਦੇ ਕੋਲ ਕਹਿੰਦੇ ਬਹੁਤ ਚੰਗਾ ਝੋਟਾ ਸੀ ਅਤੇ ਨਾਮੀ ਯਾਨੀ ਕਿ ਜਾਨਵਰ ਸੀ ਸਾਰੇ, ਅਤੇ ਕਰਾਉਣੇ ਆ ਗੱਲਬਾਤ ਥੋੜ੍ਹੀ ਜਿਹੀ ਤੁਹਾਨੂੰ ਝਾਤੀ ਮਰਾ ਦਿੰਦਾ ਜਾਨਵਰਾਂ ਦੀ, ਫਿਰ ਉਸ ਤੋਂ ਬਾਅਦ ਥੋੜ੍ਹੀ ਜਿਹੀ ਜਾਣਕਾਰੀ ਲੈ ਕੇ ਦੇਵਾਂਗੇ ਤੁਹਾਨੂੰ। ਜਾਣਕਾਰੀ ਦੇ ਵਿੱਚ ਫੁੱਲ ਡਿਟੇਲ ਦੱਸਾਂਗੇ, ਜਿਹਦੇ ਵਿੱਚ ਆਹ ਮੁੰਡੇ ਦਾ ਦਾਦਾ ਸੀ ਕਹਿੰਦੇ ਵੀ ਇਹਦੇ ਦਾਦੇ ਕੋਲ ਬਹੁਤ ਚੰਗੇ ਚੰਗੇ ਜਾਨਵਰ ਸੀ। ਉੱਥੇ ਆ ਜਾ ਮਾੜਾ ਜਾਓ ਬਾਈ ਕੋਲ, ਅਤੇ ਝੋਟੀਆਂ ਪੁੱਛਦੇ ਹਾਂ ਵੀ ਇਹ ਸਾਰਾ ਮਾਲ ਪੂਰੀ ਆ ਜਾਂ ਕਿੱਦਾਂ, ਨਾਲ ਆਪਣਾ ਭਰਾ ਯਕੂਬ ਅਲੀ ਅਤੇ ਨਾਲ ਇੱਕ ਹੋਰ ਆ ਬਾਈ ਮਸੂਮ ਅਲੀ। ਆ ਜਾ ਬਾਈ ਇੱਧਰ। ਹੋਰ ਜੀ ਕੀ ਹਾਲ ਆ ਜੀ? ਵਧੀਆ ਜੀ, ਠੀਕ ਠਾਕ ਹੋ? ਕਿਹੜਾ ਇਲਾਕਾ ਬਾਈ ਆਪਣਾ? ਗੋਂਦਵਾਲ ਸਾਹਿਬ। ਅਤੇ ਨਾਮ ਕੀ ਬਾਈ ਤੇਰਾ? ਛਵੀ। ਛਵੀ, ਅਤੇ ਨਾਲ ਬਾਈ ਜਗੂਬ। ਇੱਕ ਯਾਰ ਬਾਈ ਜਗੂਬ ਤੂੰ ਗੱਲ ਦੱਸਦਾ ਪਿਆ ਸੀ ਬਾਈ ਦੇ ਦਾਦੇ ਬਾਰੇ। ਹਾਂ, ਇਹਦੇ ਦਾਦੇ ਕੋਲ ਬੜੇ ਚੰਗਾ ਰਵਾ ਸੀ, 25 ਸਾਲ ਪਹਿਲਾਂ ਮੱਝਾਂ ਵੇਖੀਆਂ ਸੀ, ਇੱਕ ਤੋਂ ਇੱਕ ਮੱਝ ਸੀ ਭੈਣ ਚੋਂ। ਅੱਜ ਤੋਂ ਕੋਈ 25 ਸਾਲ ਪਹਿਲਾਂ ਜਿਹੜੇ ਪਸ਼ੂ ਵੇਖੇ ਸੀ ਤੇ ਬਹੁਤ ਚੰਗੇ ਜਾਨਵਰ ਸੀ। ਇਹਦੇ ਦਾਦਾ ਜੀ ਸੀਗੇ, ਹੁਸੈਨ ਸੀਗਾ ਉਹਦਾ ਨਾਮ, ਹੁਸੈਨ। ਅੱਛਾ, ਤੇ ਉਹ ਇਹਦੇ ਦਾਦੇ ਕੋਲ ਜਾਣੀ ਕਿ ਬਹੁਤ ਚੰਗਾ ਮਾਲ ਸੀ। ਹੈ ਡਾਕਟਰ ਹੁਸੈਨ ਕਹਿੰਦੇ ਹੁੰਦੇ ਸੀ। ਡਾਕਟਰ ਹੁਸੈਨ ਹੈ, ਤੇ ਹੁਣ ਇਹ ਸਾਰਾ ਪੁਰਾਣਾ ਰਵਾ ਹੀ ਹੈ ਬੰਦੇ ਕੋਲ। ਤੇ ਹੁਣ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਬੱਚਿਆਂ ਬਾਰੇ ਦਿੰਦੇ ਆ। ਆਹ ਚੈੱਕ ਕਰੋ ਜੀ, ਬੂਰੀ ਨੀਲੀ ਰਾਵੀ ਕੱਟੀ ਆ, ਇਹ ਬਹੁਤ ਕੇ ਕੱਟਾ ਕੱਟੀ ਆ, ਬਹੁਤ ਸਾਫ਼ ਸੁਥਰੀ ਕੱਟੀ ਆ ਕੱਟਾ। ਤੇ ਆਹ ਦੇਖੋ ਜਾਨਵਰ ਨੀਲੀ ਰਾਵੀ ਦੇ, ਇਹ ਇੱਕ ਆ ਬੂਰੀ ਝੋਟੀ ਆ, ਚੈੱਕ ਕਰੋ ਝੋਟੀ ਦੀ ਕੁਆਲਿਟੀ, ਬਹੁਤ ਚੰਗੇ ਚੰਗੇ ਜਾਨਵਰ ਆ। ਇਹ ਤੋਂ ਬਾਅਦ ਥੱਲੇ ਵੀ ਜਾਨਵਰ ਖੜ੍ਹੇ ਆ, ਥੋੜ੍ਹੇ ਜਿਹਾ ਹੋਰ ਵੀ ਤੁਹਾਨੂੰ ਨਿਗਾਹ ਮਰਾਉਣੇ ਜਾਨਵਰਾਂ ਦੀ। ਇਸ ਤਰ੍ਹਾਂ ਹੀ ਜੇ ਇਸ ਪੂਰ ਦੀ ਗੱਲ ਕਰੀਏ ਤਾਂ ਇਹ ਜਿਹੜਾ ਜਾਨਵਰ ਆ ਇਹਨਾਂ ਬਾਰੇ ਥੋੜ੍ਹੀ ਜਿਹੀ ਮੈਂ ਜਾਣਕਾਰੀ ਦਿੰਦਾ ਭਰਾਵਾਂ ਨੂੰ ਵੀ। ਆਹ ਹੁਣ ਤੁਸੀਂ ਦੇਖੋ, ਇਹ ਤਕਰੀਬਨ ਕੋਈ ਮੇਰੇ ਹਿਸਾਬ 'ਤੇ 25 ਤੋਂ 30 ਝੋਟੀਆਂ ਹੋਣਗੀਆਂ ਕਿ ਜ਼ਿਆਦਾ, 50 ਦੇ ਗਰੀਬ ਜਾਨਵਰ ਆ। ਅਤੇ ਜੇ ਆਪਾਂ 50 ਦੇ ਗਰੀਬ ਗੱਲ ਕਰੀਏ ਝੋਟੀਆਂ ਦੀ, ਅਤੇ ਜੇ ਆਪਣੇ ਜ਼ਿਮੀਂਦਾਰ ਭਰਾਵਾਂ ਦੇ ਨਾਲ ਇੱਕ ਗੱਲ ਸ਼ੇਅਰ ਕਰਦੇ ਹਾਂ ਛੋਟੀ ਜੀ, ਵੀ ਇਹ ਜਿਹੜੀਆਂ ਝੋਟੀਆਂ ਤਕਰੀਬਨ ਕੋਈ 50 ਨੇ, ਅਤੇ ਜੇ ਆਪਾਂ ਇਹ ਝੋਟੀਆਂ ਤਿਆਰ ਕਰਕੇ ਵਧੀਆ ਤਰੀਕੇ ਨਾਲ ਜੇ ਸਹੀ ਤਰੀਕੇ ਨਾਲ ਇਹਨਾਂ ਨੂੰ ਤਿਆਰ ਕਰੀਏ ਤਾਂ ਤਕਰੀਬਨ ਇਹ ਮੇਰੇ ਹਿਸਾਬ 'ਤੇ ਕੋਈ 75 ਲੱਖ ਰੁਪਈਏ ਦਾ ਮਾਲ ਹੈਗਾ ਅੱਜ ਦੀ ਡੇਟ ਦਾ। ਅਤੇ ਕੁਆਲਿਟੀ ਚੈੱਕ ਕਰ ਸਕਦੇ ਹਾਂ, ਝੋਟੀਆਂ ਬਹੁਤ ਚੰਗੀਆਂ ਚੰਗੀਆਂ ਵਧੀਆ ਸਾਫ਼ ਸੁਥਰੇ ਬੱਚੇ ਆ। ਕੁਆਲਿਟੀ ਦੇਖੋ, ਆਹ ਝੋਟੀ ਦੇਖੋ ਕਿੱਡੀ ਚੰਗੀ, ਇੱਕ ਆਹ ਝੋਟੀ ਵੇਖੋ ਟੇਢੇਗੜ੍ਹ ਦੀ ਬਹੁਤ ਸੋਹਣੀ ਸਾਫ਼, ਹੋਰ ਵੀ ਕਈ ਝੋਟੀਆਂ ਨਾਮੀ ਝੋਟੀਆਂ ਇਹਨਾਂ ਕੋਲ। ਅੱਜ ਤੋਂ ਕੁਛ ਟਾਈਮ ਪਹਿਲਾਂ ਝੋਟਾ ਬਹੁਤ ਪੁਰਾਣਾ ਅਤੇ ਚੰਗਾ ਸੀ, ਅਤੇ ਚੈੱਕ ਕਰਾਉਣੇ ਤੁਹਾਨੂੰ ਅਤੇ ਬਾਈ ਜਗੂਪਣਾ ਗੱਲ ਕਰਾਂ। ਹਾਂਜੀ ਬਾਈ,
ਆ ਝੋਟੀ ਚੈੱਕ ਕਰੋ, ਹੋਰ ਵੀ ਝੋਟੀਆਂ ਚੰਗੀਆਂ ਹੈਗੀਆਂ, ਪਿੱਛੇ ਵੀ ਖੜੀਆਂ ਤੇ ਤੁਹਾਨੂੰ ਚੰਗੇ ਸਾਫ ਸੁਥਰੇ ਜਾਨਵਰ ਨੇ। ਤੇ ਇਹਦੂ ਇਲਾਵਾ ਹੋਰ ਵੀ ਤੁਹਾਨੂੰ ਕੋਈ ਜਾਨਵਰ ਵਿਖਾਉਣੇ, ਚੰਗੇ ਜਾਨਵਰ ਆਹ ਦੇਖੋ, ਆਹ ਵੀ ਝੋਟੀ ਬਹੁਤ ਚੰਗੀ ਆ, ਬਹੁਤ ਸੋਹਣੀ ਝੋਟੀ, ਆਹ ਦੇਖ ਲਓ। ਹੋਰ ਵੀ ਕਈ ਜਾਨਵਰ, ਇੱਕ ਬੂਰੀ ਮੀਨੀ, ਇਹਦੂ ਇਲਾਵਾ ਹੋਰ ਵੀ ਜਾਨਵਰ, ਇੱਕ ਬੂਰੀ ਆਹ ਖੜੀ ਹੈ ਜੀ, ਇਸ ਬੂਰੀ ਬਾਰੇ ਵੀ ਦੱਸਦੇ ਹਾਂ। ਆਹ ਵੀ ਝੋਟੀ ਦੇਖੋ ਟੇਢੇ ਕੱਢਦੀ, ਤੇ ਆਹ ਵੀ ਬੂਰੀ ਚੈੱਕ ਕਰੋ। ਇਹ ਬਈ ਫਿਰ ਇਹਦੇ ਵਿੱਚ ਤਕਰੀਬਨ ਕਿੰਨਾ ਕੁ ਮਾਲ ਗੱਬਣਾ, ਕਿੰਨੇ ਕੁ ਜਾਨਵਰ ਗੱਬਣ ਇਹਦੇ ਚ? ਹੈਂ, ਅੱਛਾ ਕੋਈ ਅੱਛਾ ਕੋਈ 10-12 ਝੋਟੀਆਂ ਗੱਬਣਾ ਹੈ। ਆਹ ਚੈੱਕ ਕਰੋ ਝੋਟੀ, 10-12 ਸੂਈਆਂ, 20-25 ਝੋਟੀਆਂ ਸੁਣਾਣੀਆਂ। ਅੱਛਾ ਆਹ ਵੀ ਚੈੱਕ ਕਰ ਲਓ, ਇਹ ਸਾਰਾ ਜਿਹੜਾ ਮਾਲ ਆ, ਭਰੂਣ ਮਾਲ ਆ ਜਿਹੜਾ, ਇਹ ਨਵਾਂ ਪੂਰ ਤਿਆਰ ਹੋਣਾ। ਤੇ ਹੁਣ ਇਸ ਤੋਂ ਬਾਅਦ ਇਸ ਮਾਲ ਦੇ ਵਿੱਚ ਬਸ ਇੱਕ ਛੋਟੀ ਜਿਹੀ ਕਮੀ ਆ ਵੀ ਇਹਨਾਂ ਨੂੰ ਮਾਲੀ ਚੰਗਾ ਚਾਹੀਦਾ ਇਹਨਾਂ ਝੋਟੀਆਂ ਨੂੰ, ਤੇ ਬਾਕੀ ਮੈਨੂੰ ਲੱਗਦਾ ਵੀ ਮਾਲੀ ਚੰਗਾ ਹੀ ਹੋਊਗਾ ਭਰਾ ਕੋਲ, ਜਿਹੜਾ ਇਹਦੇ ਦਾਦੇ ਕੋਲ ਚੰਗੀ ਬਰੀਡ ਦੇ ਜਾਨਵਰ ਸੀ ਜਾਂ ਚੰਗਾ ਬੁੱਲ ਸੀ, ਤੇ ਹੁਣ ਗਾਂ ਫਿਰ ਤੁਹਾਨੂੰ ਪਤਾ ਵੀ ਚੰਗਾ ਹੀ ਮਾਲੀ ਵਿੱਚ ਰੱਖਿਆ ਹੋਊਗਾ ਗਾਂ ਵੀ ਝੋਟੀਆਂ ਦੇ ਵਿੱਚ, ਤੇ ਦੂਸਰਾ ਮਾਲ ਗਿਆ ਆ ਪਾਸੇ, ਤੇ ਇਸ ਲਈ ਉਹਦੇ ਵਿੱਚ ਮਾਲ ਆ, ਮਾਲੀ ਵੀ ਉਹਦੇ ਵਿੱਚ ਆ। ਤੇ ਬਾਕੀ ਵੀਡੀਓ ਨੂੰ ਤੇ ਚੈਨਲ ਨੂੰ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਪਿਆਰ ਦਿੰਦੇ ਪਏ ਆ, ਤੇ ਵਾਹਿਗੁਰੂ ਜੀ ਕਾ ਖਾਲਸਾ ਜੀ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।